Bismillahirrahmanirrahim. Allahumma kun li waliyyika al-hujjat Ibn al-Hasan Askari alayhi salatu wassalam. Salawatuka alayhi wa ala abaihi fi hadhihi as-sa'at wa fi kulli sa'at. Waliyyan wa hafizan wa qa'idan wa nasiran. Daleelan wa 'aynan hatta تسكنه ورزقه طوا وتمتعه فيها طويلا رب محمد وعال محمد واج فرجهم مخرج دعاوان دی قبولیت واسطے بلند صلوات ਦੁਆ ਹੈ ਮਾਲਿਕ ਕਾਇਨਾਤ ਬਾਨੀਆਂ ਮਜਲਿਸ ਦਾ ਪੁਰਖਲੂਸ ਇਹਤਮਾਮ ਖਰਚ ਖਰਜਾਤ ਨਜ਼ਰ ਨਿਆਜ਼ ਕਬੂਲ ਫਰਮਾਵੇ ਮੌਲਾਨਾ ਦੇ ਘਰ ਨੂੰ ਹਮੇਸ਼ਾ ਆਬਾਦ ਤੇ ਸ਼ਾਦ ਅੱਲਾ ਇਹਨਾਂ ਦੇ ਮਰਹੂਮੀਨ ਦੇ ਦਰਜਾਤ ਬੁਲੰਦ ਔਰ ਤੁਸੀਂ ਸਾਰੇ ਇੱਜ਼ਤ ਵਾਲੇ ਮੋਮਿਨੀਨ ਮੋਮਿਨਾਤ ਸਾਦਾਤ ਗੈਰ ਸਾਦਾਤ ਦਾ ਦਰਬਾਰੇ ਆਲੀਏ ਚ ਟੁਰ ਆਇਆ ਮਾਲਿਕ ਕਬੂਲ ਫਰਮਾ ਅੱਲਾਹ ਤਾਲਾ ਨੇ ਹਰ ਦੌਰ ਵਿੱਚ ਕੋਈ ਨਾ ਕੋਈ ਐਸਾ ਫਰਦ ਕਿਸੇ ਨਾ ਕਿਸੇ ਘਰ 'ਚ ਭੇਜਿਆ ਜਿਹੜਾ ਆਪਣੀ ਸਾਰੀ ਨਸਲ ਦੀ ਪਹਿਚਾਣ ਬਣਦਾ ਖਾਨਦਾਨ 'ਚ ਕੋਈ ਇੱਕ ਐਸਾ ਬੰਦਾ ਖੁਦਾ ਪੈਦਾ ਕਰਦਾ ਹੈ ਜਿਹਦਾ ਆਪਣੇ ਮੁਲਕ 'ਚ ਨਾਂ ਆਉਂਦਾ ਔਰ ਉਸਦੀ ਸੱਤਵੀਂ ਨਸਲ 'ਚੋਂ ਸੱਤਵੀਂ ਪੁਸ਼ਤ 'ਚੋਂ ਕੋਈ ਉਸਦਾ ਪੋਤਰਾ ਵਧਾ ਹੋਵੇ ਤਾਂ ਬੰਦੇ ਉਸਦਾ ਵੀ ਇਹਤਰਾਮ ਕਰਦੇ ਨੇ ਜੋ ਇਹ ਉਹ ਫਲਾਂ ਬੰਦੇ ਦਾ ਪੋਤਰਾ ਹੈ ਮਗਰ ਇਹ ਸੱਚੀ ਗੱਲ ਹੈ ਜੋ ਉਸ ਪੀੜ੍ਹੀ 'ਚ ਇੱਕੋ ਹੀ ਕੋਈ ਐਸਾ ਹੁੰਦਾ ਹੈ ਜਿਹਦਾ ਐਡਾ ਨਾਮ ਬਣਦਾ ਹੈ ਤੇ ਜਿਹੜੀ ਹਵੇਲੀ 'ਚ ਸਾਰੇ ਮੁਹੰਮਦ ਹੋਵਨ ਆਬਾਦ ਰਹੋ ਮਿਹਰਬਾਨੀ ਜਿਹੜੇ ਘਰ ਵਿੱਚ ਸਾਰੇ ਅਲੀ ਹੋਵਨ ਬਾਬੁਲ ਹਵਾਇਜ ਹੋਵਨ ਹਾਜਤ ਰਵਾ ਹੋਵਨ ਮੁਸ਼ਕਿਲ ਕੁਸ਼ਾ ਹੋਵਨ ਯਾਰ ਜਿਹੜੀ ਹਵੇਲੀ ਵਿੱਚ ਨਬੀਆਂ ਦਾ ਸੁਲਤਾਨ ਰਹਿੰਦਾ ਹੋਵੇ ਜਿਹੜੀ ਹਵੇਲੀ 'ਚ ਵਲੀਆਂ ਦਾ ਸੁਲਤਾਨ ਰਹਿੰਦਾ ਹੋਵੇ ਜਿੱਥੇ ਸ਼ਹਿਜ਼ਾਦਾ ਅਮਨ ਰਹਿੰਦਾ ਹੋਵੇ ਜਿੱਥੇ ਜਨਾਬੇ ਸੈਯਦਾ ਰਹਿੰਦੇ ਹੋਵੇ ਇੰਨੀਆਂ ਵੱਡੀਆਂ ਹਸਤੀਆਂ ਵਿੱਚੋਂ ਆਪਣੇ ਆਪ ਨੂੰ ਨਾਮਵਰ ਕਰਨਾ ਇਹ ਨਾਮੁਮਕਿਨ ਅਤੇ ਜਿਹੜਾ ਨਾਮੁਮਕਿਨ ਨੂੰ ਮੁਮਕਿਨ ਕਰੇ ਉਸਨੂੰ ਹੁਸੈਨ ਆਦਿ
ਖੁਦਾ ਤੁਹਾਨੂੰ ਆਬਾਦ ਰੱਖੇ, ਅੱਲਾ ਤੁਹਾਨੂੰ ਵਸਦਾ ਰੱਖੇ, ਆਬਾਦ ਤੇ ਸ਼ਾਦ ਰਹੋ। ਇੱਕ ਕਸੀਦਾ ਪੜ੍ਹਦਾ, ਬਹੁਤ ਲੇਟ ਹੋ ਗਈ ਹੈ, ਮਗਰ ਕਸੀਦਾ ਸੁਣਾ ਕੇ ਥੋੜ੍ਹਾ ਜਿਹਾ ਜ਼ਿਕਰ ਮਸਾਹਿਬ ਪੜ੍ਹਦੇ ਹਾਂ। ਅਤੇ ਅਲੀ ਪੰਜੋ ਨੇ ਪੂਰੀ ਪੜ੍ਹੀ ਸੀ, ਹੋਰ ਅੱਧੀ ਕੁ ਹੀ ਆਉਂਦੀ, ਕਸੀਦਾ ਅਤੇ ਮਸਾਹਿਬ ਪੜ੍ਹ ਲਓਗੇ ਪੂਰੀ ਹੁੰਦੀ। ਇੱਕ ਸਲਵਾਤ ਤੇ ਪੜ੍ਹਦੀ ਉਹ ਚੀਜ਼ ਆ, ਸੋਚ ਨਾਲ ਕੰਮ ਕੀਤਾ ਨੀ, ਪੜ੍ਹੀ ਕਸੀਦਾ ਜਨਾਬ। ਜੈ ਰੰਗ ਇਸਲਾਮ ਕੁਲਾਇਆ ਏ, ਸਾਡਾ ਉਹ ਸਰਦਾਰ ਹੁਸੈਨ, ਹੁਣ ਡਾਏ ਪਾਓ ਅਗਲੇ ਤਾਂ ਸਪੀਟਾਂ ਲਾ ਗਏ, ਤੂੰ ਮੁੜ ਹੁਣ ਮੁੜ ਹੱਟ ਆਇਓ, ਹੁਣ ਉਦਾਂ ਹੀ ਪਿੱਛੇ ਬੰਦ ਰਿਹਾ, ਉਦਾਂ ਹੀ ਉਹ ਪਿੱਛਾ ਇਹਨੂੰ ਬੰਦ ਹੀ ਕੀਤੀ ਆ, ਚੰਗੀ ਕੁੰਡੀ ਭੀੜ ਕੇ ਆਵੇ ਅਗਰ ਓਲਾ ਵੀ ਤੂੰ ਕੁੰਡੀ ਖਾ। ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਇਸਲਾਮ ਕੁਲਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਥਲ ਕੋ ਖੁਲਦ ਬਣਾਇਆ ਏ, ਜੈ ਥਲ ਕੋ ਖੁਲਦ ਬਣਾਇਆ ਏ, ਮੇਰਾ ਉਹ ਸਰਦਾਰ ਹੁਸੈਨ, ਜੈ ਰੰਗ ਮਿਹਰਬਾਨੀ ਆਬਾਦ ਰਹੋ, ਬੋਲੋ ਮਿਹਰਬਾਨੀ, ਅੱਲਾ ਤੁਹਾਨੂੰ ਵਸਦਾ ਰੱਖੇ, ਆਬਾਦ ਤੇ ਸ਼ਾਦ ਰਹੋ। ਜੈ ਥਲ ਕੂ ਖੁਲਦ ਬਣਾਇਆ ਮੇਰਾ ਉਹ ਸਰਦਾਰ, ਜੈ ਥਲ ਕੂ ਖੁਲਦ ਬਣਾਏ ਮੇਰਾ ਉਹ ਸਰਦਾਰ, ਮੇਰਾ ਉਹ ਸਰਦਾਰ ਹੁਸੈਨ। ਕਦੀ ਤਾਂ ਕੋਈ ਸੁਚੇ ਸੀ, ਜਿਹੜੇ ਸੁਚੇ ਨੇ ਉਹ ਸਿੱਧੀ ਲਾਈਨ ਤੇ ਆਈ ਹੋਏ ਨੇ, ਹਜ਼ਾਰਾਂ ਜਿਹੜੇ ਸਿੱਧੀ ਲਾਈਨ ਤੇ ਆ ਗਏ, ਕੋਈ 43-44 ਬੰਦੇ ਨੂੰ ਤਾਂ ਮੈਂ ਸਿੱਧੀ ਲਾਈਨ ਤੇ ਚਾੜ ਛੋੜਾ, ਅਲੀ ਉਹਨੂੰ ਅਲੀ ਉੱਲਾ ਪੜਾ ਛੋੜੇ, ਕਿਉਂ ਜੀ ਇੱਥੇ ਲੱਖਾਂ ਦੀ ਤਾਦਾਦ ਦੇ ਚਿੰਨ ਇਨਸ਼ਾ ਅੱਲਾ ਇੱਕ ਉਹ ਵੇਲਾ ਹੀ ਆ ਸੀ ਜਦੋਂ ਸਾਰੇ ਸਿੱਧੀ ਲਾਈਨ ਤੇ ਉਹ ਜਿਹੜੇ ਸਿੱਧੀ ਤੇ ਆਉਣਾ ਚਾਹੁੰਦੇ ਹੋ ਤੇ ਮੁੜ ਰਾਹ 'ਚ ਕੋਈ ਰੌਲਾ ਪਏ ਵੇਂਦਾ ਤੇ ਮੁੜ ਪਿੱਛਾ ਰਹਿ ਵੇਂਦੇ ਹੋ, ਤੁਹਾਨੂੰ ਖੜਾ ਦਿਸੇ ਨਾ ਕਲਿਆਂ ਬਹਿ ਕੇ ਸੋਚੇ ਮਿਟ ਵੈਂਦਾ ਦੀਨ ਖੁਦਾ ਦਾ ਕਹਿ ਘਰ ਵਿੱਚ ਦੇਨ ਨਾ ਹੋਣਾ ਜੇ ਨਸਲੇ ਬਤਾਲੇ ਵਿੱਚ
ਮੇਰਾ ਪੀਰ ਹੁਸੈਨ ਨਾਉਂਦਾ। ਆਹਾ ਸੁਭਾਨ ਅੱਲਾ ਮਾਸ਼ਾਅੱਲਾ। ਆਬਾਦ ਰਹੋ, ਅੱਲਾ ਤੁਹਾਨੂੰ ਵਸ ਮਿਹਰਬਾਨੀ, ਮੌਲਾ ਤੁਹਾਨੂੰ ਰੰਗ ਲਾ ਪਾਣੀ ਦੇ। ਜਲਦੀ ਕਰ ਯਾਰ, ਲਬੈਕ ਯਾ ਹੁਸੈਨ, ਲਬੈਕ ਯਾ ਹੁਸੈਨ, ਲਬੈਕ ਯਾ ਹੁਸੈਨ, ਲਬੈਕ ਯਾ ਹੁਸੈਨ, ਨਾਰੇ ਹਾਦਰੀ। ਹੁਣ ਤੈਨੂੰ ਸਮਝ ਨਾ ਆਵੇ ਤਾਂ ਅਸਾਂ ਕੀ ਕਰੀਏ? ਤੂੰ ਜੋ ਬਹਿ ਕੇ ਹੁਣ ਝੁਕਣਾ ਹੈ ਬਈ, ਇਹਨਾਂ ਦੀਆਂ ਤਾਂ ਮੌਜਾਂ ਨਿਤ ਮਜਲਸਾਂ ਲੰਗਰ ਮੌਜਾਂ। ਅੱਛਾ ਚਿਹਰੇ ਬੜੇ ਸੋਹਣੇ ਨੇ ਇਹਨਾਂ ਦੇ, ਇਹ ਆਉਂਦੇ ਪਏ ਮੈਨੂੰ ਅਜ਼ਾਦਾਰ ਆਉਂਦਾ ਪਿਆ। ਅਸਾਂ ਮੁਸੱਲੇ ਘਸਾ ਛੋੜਨ ਮੋੜੀ ਘੋੜੇ ਮੂੰਹ ਬੂਥੀਆਂ ਘੋੜੀਆਂ ਵਹਿੰਦੀਆਂ ਆਉਂਦੀਆਂ ਉੱਚਾ ਬੋਲੋ। ਹੁਣ ਰੱਬ ਜਾਣੇ ਕਿਆ ਰਾਜ਼ ਏ, ਇਹਨਾਂ ਦੀ ਕਲੋਟੀ ਖਾਲੀ ਹੋਵੇ ਤਾਂ ਹੀ ਅਲੀ ਅਲੀ ਭਰੀ ਪਈ ਹੋਵੇ। ਸਾਡੇ ਕੋਲੋਂ ਰਿਜ਼ਕੀ ਰਾਜੇ ਤੇ ਸ਼ਕਲਾਂ ਹੀ ਘੋੜੀ, ਅਸਾਂ ਜੋ ਆਪਣੇ ਆਪ ਨੂੰ ਨਹੀਂ ਭੰਮਦੇ। ਇਹ ਕਿਆ ਰਾਜ਼ ਏ ਤਾਂ ਮੈਂ ਰਾਜ਼ ਦੱਸਿਆ ਬੋਲੋ। ਉੱਚਾ ਬੋਲੋ ਹੈਦਰੀ, ਅੱਲਾਹ ਤੁਹਾਨੂੰ ਰੰਗ ਲਾਵੇ। ਯਾ ਅਜ਼ਾਨ ਸ਼ੁਰੂ ਹੋਵੇ ਅੱਲਾਹੁ ਅਕਬਰ, ਚਾਹੀਦਾ ਹੈ ਬੰਦਾ ਖਾਮੋਸ਼ ਹੋ ਜਾਵੇ ਅਜ਼ਾਨ ਨੂੰ ਸੁਣੇ। ਜੇ ਅੱਗੋਂ ਮਾਨ ਆਨੰਦ ਹੋਵੇ ਤਾਂ ਜਿਵੇਂ ਮੌਲਵੀ ਅਜ਼ਾਨ ਪੜ੍ਹਦਾ ਰਹੇ ਨਾਲ ਨਾਲ ਪੜ੍ਹੀ ਰੱਖੋ। ਮੁਅੱਜ਼ਿਨ ਆਖੇ ਅੱਲਾਹੁ ਅਕਬਰ, ਤੁਸੀਂ ਆਖੋ ਅੱਲਾਹੁ ਅਕਬਰ। ਮੁਅੱਜ਼ਿਨ ਆਖੇ ਅਸ਼ਹਾਦੋ ਅੱਲਾ ਇਲਾਹ ਇਲੱਲਾ, ਤੁਸੀਂ ਆਖੋ ਅਸ਼ਹਾਦੋ। ਅਤੇ ਜੇਲੇ ਬੰਗ ਆਖੇ ਅਸ਼ਹਾਦੋ ਅੰਨਾ ਮੁਹੰਮਦ ਰਸੂਲ ਉੱਲਾ, ਸ਼ਮਸੀ ਅੱਗੇ ਇੰਝ ਹੁਣ ਜਦੀਦ ਅੱਗੇ ਪੂਰੇ ਹੱਥ ਹੁੰਦੇ ਹਨ ਹੁਣ। ਮਗਰ ਇਹ ਅੱਛੀ ਗੱਲ, ਇਹ ਸਾਡੇ ਹਜ਼ੂਰ ਪਾਕ ਦਾ ਇਹਤਰਾਮ ਹੈ, ਨਾਮ ਆਵੇ ਇਹ ਅੱਛੀ ਗੱਲ। ਕਿਉਂਕਿ ਬੰਦੇ ਦੇ ਮੂੰਹ ਦੀ ਦੋ ਤਾਂ ਚੀਜ਼ਾਂ ਮੇਨ ਹੁੰਦੀਆਂ, ਇੱਕ ਇਹ ਲਬ ਅਤੇ ਇੱਕ ਅੱਖ। ਅੱਛੀ ਗੱਲ ਹੈ ਹਜ਼ੂਰ ਦਾ ਨਾਮ ਆਵੇ, ਮਗਰ ਜਿਹੜੀ ਗੱਲ ਮੈਂ ਪੁੱਛਣੀ ਹੈ ਮੈਂ ਹਾਂ ਹਾਂ ਇਹ ਸਾਰੀ ਹਰ ਸ਼ਹਿ ਰਲ ਗਈ ਨਾ, ਅਤੇ ਜਿਹੜੀ ਗੱਲ ਮੈਂ ਪੁੱਛਣੀ ਹੈ ਅਗਰ ਤੂੰ ਇੰਜ ਇੰਜ ਕਰਨਾ ਤਾਂ ਮੈਨੂੰ ਚਾਹ ਦੱਸ। ਜਿੱਥੇ ਆਬਾਦ ਰਹੋ, ਮਿਹਰਬਾਨੀ, ਸ਼ੁਕਰੀਆ ਜਨਾਬ। ਸਾਰੇ ਬੋਲੋ ਹੈਦਰੀ। ਅੱਛਾ ਅੱਛਾ ਅੱਲਾ ਰੰਗ ਲਾਵੇ।
ਨਾਰੇ ਦਾ ਸਾਰੇ ਜਵਾਬ ਦਿਓ ਹੈਦਰੀ। ਖੁਦਾ ਤੁਹਾਨੂੰ ਆਬਾਦ ਦਿਸ਼ਾਦ ਰੱਖੇ। ਜਿੱਥੇ ਆਖ ਪਿਆ ਦਾ ਬਣੀਏ ਖੁਦਾ ਤੁਹਾਨੂੰ ਆਬਾਦ ਰੱਖੇ। ਓ ਬਿਸਮਿਲ੍ਲਾ ਕੀ ਬੁਲਾ ਆ ਗਏ ਇੱਕ ਸਲਵਾਤ ਤੇ ਪੜਦੀ ਉਹ ਜੀ ਆਵਾਜ਼ ਆਬਾਦ ਰਹੋ ਮਾਸ਼ਾ ਅੱਲਾ ਫਿੱਟ ਹੋ ਗਏ ਹੋ ਹੁਣ ਤੁਹਾਡਾ ਮੂੰਹ ਕਸੀਦੇ ਵਾਲਾ ਬਣਿਆ ਬੈਠਾ ਕਸੀਦੇ ਵਾਸਤੇ ਮੂੰਹ ਹੁੰਦੇ ਨੂੰ ਮੂੰਹ ਬਣਿਆ ਬੈਠੋ ਹੋਵੇ ਜ਼ਾਕਰ ਨੂੰ ਪਤਾ ਲੱਗ ਪੈਂਦਾ ਵੀ ਇੱਕ ਅਸੀਂ ਜਦ ਸੁਣੂ ਮਿਹਰਬਾਨੀ ਹੈ ਐ ਤੇਰਾ ਨਾ ਤਾਂ ਤਾਂ ਬੇਮੌਸਮੀ ਹੋਈ ਆ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਜਸ਼ਨ ਹੋਏ ਨਾ ਤਾਂ ਪੜੀ ਨਹੀਂ ਰਬੀ ਉਲ ਵਾਲੇ 'ਚ ਅਤੇ ਇਹ ਤਾਂ ਸ਼ਾਬਾਨ ਹੋਇਆ ਮੂੰਹ ਪਕਾ ਕੇ ਅਗਲੀ ਮੇਰੇ ਇੱਥੇ ਸੁਣ ਲਵੇ ਹੋਏ ਪਰਦਾ ਹਟਾ ਮੁਖੜਾ ਵੀ ਖਾਚਾ ਪਿਓਰ ਜੱਟਾਂ ਵਾਲਾ ਕਸੀਦਾ 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 ਸਾਈਂ ਦਾ ਹੈ ਮਗਰ ਜਿਵੇਂ ਅਸਾਂ ਜੱਟ ਬੰਦੇ ਹੈ ਇੰਝ ਕਰਕੇ ਨਿੱਕੂ ਬਿਰਾ ਤਾਂ ਮੁੜ ਹਜ਼ਾਰ ਹੀ ਤਾਂ ਦਿੱਤੀ ਬੈਠਾ ਨਿੱਕੂ ਬਿਰਾ ਬਿਰਾ ਤੇ ਸਿਰ ਬਿਰਾ ਦੇਵੇ ਆਓ ਮੈਂ ਤੁਹਾਨੂੰ ਬਿਲਕੁਲ ਸਾਦਾ ਕਸੀਦਾ ਸੁਣਾਵਾਂ ਬਈ ਇੰਨੇ ਤੁਹਾਨੂੰ ਮਾਲੂਮ ਹੋਵੇ ਬਈ ਇੱਥੇ ਬਾਹਰੋਂ ਬੈਠੇ ਹੈ ਗੱਪ ਸ਼ੱਪ ਲਾਈ ਬੈਠੇ ਪਰਦਾ ਹਟਾ ਮੁਖੜਾ ਵਿਖਾ ਜਾ ਬਾਹਰ ਜਲਦੀ ਆ ਜਾ ਪਰਦਾ ਹਟਾ ਮੁਖੜਾ ਵਿਖਾ ਜਾ ਬਾਹਰ ਜਲਦੀ ਆ ਜਾ ਪਰਦਾ ਹਟਾ ਮੁਖੜਾ ਵਿਖਾ ਜਾ ਬਾਹਰ ਜਲਦੀ ਆ ਜਾ ਪਰਦਾ ਹਟਾ ਮੁਖੜਾ ਵਿਖਾ ਜਾ ਮਿਹਰਬਾਨੀ ਮਿਹਰਬਾਨੀ ਸਾਰੇ ਬੋਲੋ ਹੈਦਰੀ ਮਿਹਰਬਾਨੀ ਲਾਲਾ ਜੀ ਸ਼ੁਕਰੀਆ ਸਾਰੇ ਬੋਲੋ ਮਿਹਰਬਾਨੀ
ਮਿਹਰਬਾਨੀ ਜਨਾਬ, ਗੱਲਾਂ ਦਾ ਤਾਂ ਹੁਣ ਗੁੰਜਾਇਸ਼ ਹੀ ਕੋਈ ਨਹੀਂ ਰਹਿ ਗਈ ਕਿਉਂਕਿ ਟਾਈਮ ਕੋਈ ਨਹੀਂ। ਕਿਬਲਾ ਤਸ਼ਰੀਫ ਲਾਇਆ, ਬਸ ਜਲਦੀ ਜਲਦੀ ਜਿਹਨਾਂ ਤੁਹਾਨੂੰ ਤਰਾਏ ਚਾਰ ਸ਼ੇਰ, ਇੰਜੇ ਸ਼ੇਰ ਦੇ ਬਾਅਦ ਸ਼ੇਰ ਸੁਣਾਈ ਜਾਵਾਂ। ਹੋ ਨਾ ਜਾਵੇ ਜ਼ਿੰਦਗੀ ਤਮਾਮੇ, ਹੋ ਨਾ ਜਾਵੇ ਜ਼ਿੰਦਗੀ ਤਮਾਮੇ, ਨਹੀਂ ਵੇਖੇ ਅਸਾਂ ਯਾਰ ਇਮਾਮੇ, ਚਿਹਰੇ ਵਿੱਚ ਬਾਹਰ ਦਿਖਾ ਜਾ, ਬਾਹਰ ਵਜਲ ਦਿਆ। ਕੀ ਬਾਤ ਹੈ, ਉਜਾ ਬੋਲੋ ਹੈਦਰੀ। ਉਹ ਮੇਰਾ ਮੌਲਾ, ਮੇਰਾ ਮੌਲਾ ਸਾ, ਸਾਰਿਆਂ ਦੀ ਆਵਾਜ਼ ਏ ਮਹਿੰਗਾ ਏਦਾ ਜ਼ੋਰ ਮੌਲਾ, ਮਹਿੰਗਾ ਏਦਾ ਝਗੜਾ ਮੁਕਾ ਜਾ, ਬਾਹਰ ਵਜਲ ਦਿਆ ਜਾ। ਆਵਾਜ਼ ਹਾਏ ਇਹ ਬਾਬਾ ਇਹ ਸਾਈਓ, ਆਬਾਦ ਰਹੋ ਸਲਾਮਤ ਰਹੋ। ਇਮਾਮ ਹੁਸੈਨ ਤੋਂ ਰੰਗ ਲਾਵੇ, ਜਿਤਨੀ ਗੁੰਜਾਇਸ਼ ਮੇਰੇ ਕੋਲ ਹੋ ਸਕਦੀ ਆਈ ਉਤਨਾ ਮੈਂ ਲੰਬਾ ਪੜ ਛੋੜਿਆ। ਖੁਦਾ ਤੁਹਾਡਾ ਟੁਰਾਇਆ ਕਬੂਲ ਫਰਮਾਵੇ। ਰੋਂਦੇ ਟੁਰੇਨ ਭੈਣ ਭੇਰਾ, ਰਾਤ ਲਾਏ ਪਈ ਆਈ ਸ਼ੋਹਰ ਦੇ ਪੈਰਾਂ ਵਾਲੇ ਪਾਸੇ, ਅਠਾਰਾਂ ਭਿਰਾਵਾਂ ਦੀ ਭੈਣ ਮਿੱਟੀ ਤੇ ਬਹਿ ਗਈ। ਰੱਬ ਜਾਣੇ ਕਿਹੜੇ ਵੇਲੇ ਧੀਆਂ ਹੁਜਰੇ ਚੋਂ ਬਹਿਰ ਆਈਆਂ। ਬਾਬਾ ਸਾਡੀ ਮਾਂ ਕੋਈ ਗਰੀਬ ਹੈ। ਆਬਾਦ ਰਹੋ ਜਨਾਬੇ ਅਬਦੁੱਲਾ। ਤੜਪ ਗੈਨ ਬਛੜਾ ਕਿਆ ਪਈਆਂ ਆਦੀਆਂ। ਬਾਬਾ ਜ਼ਰਾ ਉਤੋਂ ਕੇ ਵੇਖੋ ਤੁਹਾਡੇ ਪੈਰਾਂ ਵਾਲੇ ਪਾਸੇ ਅੰਮਾ ਮਿੱਟੀ ਤੇ ਬੈਠੀ ਰਹੀ। ਜਨਾਬ ਅਬਦੁੱਲਾ ਤੜਪ ਗਏ, ਨਾਲੀ ਆ ਖੈਰ ਤਾਈ ਮਿੱਟੀ ਤੇ ਕਿਉਂ ਬਹਿ ਗਈ। ਬੀਬੀਆਂ ਦੀ ਚਾਚੇ ਜਾਇਆ ਮੰਗਣ ਆਈਆ, ਮਗਰ ਤੇਰੀ ਕਸਮ ਮੈਨੂੰ ਸਵਾਲ ਕਰਨ ਦਾ ਵੱਲ ਨਹੀਂ ਆਉਂਦਾ। ਮੰਗਣ ਦਾ ਨਾਮ ਹੈ ਜਨਾਬ ਅਬਦੁੱਲਾ ਤੜਪ ਗਏ ਨੂੰ ਫਰਮਾਇਦੇ ਨੇ, ਹਾਏ ਮੈਂ ਗਰੀਬ ਦੀ ਕਿਸਮਤ। ਬੀਬੀ ਆਦੀਆ ਚਾਚੇ ਜਾਇਆ ਜਾ ਮੰਗਿਆ ਹੀ ਕੁੰਜ ਨਹੀਂ, ਰੋਵਣ ਪੈ ਗਏ। ਫਰਮਾਇਦੇ ਨੇ ਆਖਿਆ ਮੰਗਣ ਆਈਆ ਮੈਨੂੰ ਇੱਕ ਵੇਲਾ ਯਾਦ ਹੈ। ਬੀਬੀ ਆਦੀ ਕਿਹੜਾ ਵੇਲਾ ਅਬਦੁੱਲਾ ਦੇ, ਜਦਾਂ ਤੇਰੀ ਡੋਲੀ ਮੇਰੇ ਘਰ ਆਈ ਆਈ, ਅੱਧੀ ਰਾਤ ਦਾ ਵੇਲਾ ਈ ਜ਼ਮੀਨ ਹੱਲੀ ਆਈ, ਮੈਂ ਹੁਜਰੇ ਚੋਂ ਬਾਹਰ ਆਇਆ ਐਮ ਚਾਚੇ ਅਲੀ ਦੀ ਪੱਗ ਖੁੱਲੀ ਹੋਈ ਆਈ, ਪੈਰਾਂ ਚ ਨਾ ਲੈਣ ਕੋਈ ਨਹੀਂ, ਮੈਂ ਪੈਰ ਨਾਪ ਕੇ ਆਖਿਆ ਕੁੱਲੇ ਇਮਾਨ ਚਾਚਾ, ਅੱਧੀ ਰਾਤੀ ਕਿਉਂ ਉਧਰ ਲੈ ਮੈਨੂੰ ਆਦਾਈ ਅਬਦੁੱਲਾ, ਮੇਰੀ ਜ਼ਿੰਦਗੀ ਦਾ ਨਾਂ ਜ਼ੈਨਬ ਹੈ। ਖਾਲੀ ਵੱਲੀ ਮਾਂ ਦੀਦੀ ਅੱਧੀ ਰਾਤੀ ਟੁਰ ਆਇਆ, ਕਦੀ ਸਵਾਲ ਕਰੇ ਖਾਲੀ ਨਾ ਵਲੋ। ਵਾਹ 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 ਵਾਹ, ਭਲਾ ਹੋ ਵੀ ਬਿਸਮਿਲ
ਮੈਂ ਹੁਣ ਤਾਈ ਸੁਚੇਂਦਾ ਆ ਉਹ ਵੇਲਾ ਕਢਾ ਵੇ ਜਦਾਂ ਅਲੀ ਮੌਲਾ ਦਾ ਫਰਮਾਨ ਪੂਰਾ ਕਰਾਂ। ਚਲੋ ਅੱਜ ਮੰਗਣ ਆਈ ਬੱਚਿਆਂ ਦੀ ਹਯਾਤੀ ਉਹਨੇ ਬਿਸਮਿਲ ਮੈਂ ਸਦਕੇ ਜਾਵਾਂ। ਫਰਮਾਇਦੇ ਨੇ ਹੁਣ ਤਾਈ ਇੰਤਜ਼ਾਰ ਕੀਤੀ ਹੈ ਹੁਕਮ ਕਰ ਬੀਬੀਆਂ ਦੀ ਹੁਕਮ ਦੀ ਗੱਲ ਨਹੀਂ ਤੂੰ ਹਾਕੇ ਮੈਂ ਮਹਕੂਮ ਮੈਂ ਹਸਨੈਨ ਸ਼ਰੀਫੈਨ ਦੀ ਭੈਣ ਜ਼ਿੰਦਗੀ ਦਾ ਮੇਰਾ ਪਹਿਲਾ ਤੇ ਆਖਰੀ ਸਵਾਲ ਮੈਨੂੰ ਖਾਲੀ ਨਾ ਵਲਾਵੇ। ਅਬਦੁੱਲਾ ਫਰਮਾਇਦੇ ਨੇ ਦੱਸ ਤਾਂ ਸਹੀ ਬੀਬੀਆਂ ਦੀ ਤੂੰ ਜਾਣਨਾ ਹੈ ਮੇਰਾ ਹੁਸੈਨ ਵਤਨ ਪਿਆ ਛੁੜੇ ਦੇ ਅਬਦੁੱਲਾ ਦਇਆ ਮੈਂ ਜਾਣਨਾ ਬੀਬੀਆਂ ਦੀ ਇਹ ਵੀ ਜਾਣਦੇ ਹੋ ਹੁਸੈਨ ਤੇ ਮੇਰੀ ਮੁਹੱਬਤ ਦਾ ਕਿਆ ਮਿਆਰ ਹੈ ਅਗਰ ਇਜਾਜ਼ਤ ਸੇ ਸਾਰੀ ਜ਼ਿੰਦਗੀ ਤੇਰੀ ਮਮਨੂਨ ਰਾਸਾਂ ਅਗਰ ਇਜਾਜ਼ਤ ਖੁਦਾ ਨਾ ਖਾਸਾ ਤੈ ਨਾ ਦਿੱਤੀ ਮੈਂ ਵਾਦਾ ਪਈ ਕਰੇ ਨੀ ਆਈ ਤੂੰ ਹੁਸੈਨ ਦਾ ਗੋਲਾ ਬਹਿਰਾ ਸੀ ਤੂੰ ਮੇਰਾ ਜਨਾਜ਼ਾ ਤਿਆ ਬੀਬੀ ਆਦੀ ਤੇਰੇ ਪੁੱਤਰਾਂ ਦੀ ਕਸਮ ਮੈਂ ਫਿਰਾ ਬਗੈਰ ਨਹੀਂ ਰਹਿ ਸਕਦੀ। ਆਬਾਦ ਰਹੋ ਆਬਾਦ ਰਹੋ ਆਬਾਦ ਰਹੋ ਅੱਲਾ ਤੁਹਾਡੀ ਹਾਇ ਕਬੂਲ ਫਰਮਾਵੇ। ਇੱਥਾਂ ਹੀ ਖਤਮ ਪਿਆ ਕਰਦਾ ਜਨਾਬ ਅਬਦੁੱਲਾ ਫਰਮਾਇੰਦੇ ਨੇ ਅੱਛਾ ਇਜਾਜ਼ਤ ਚਾਹੀਦੀ ਹੈ ਬੀਬੀਆਂ ਦੀ ਇਜਾਜ਼ਤ ਚਾਹੀਦੀ ਜਨਾਬ ਅਬਦੁੱਲਾ ਫਰਮਾਇੰਦੇ ਨੇ ਮੇਰੀ ਹੁਣ ਇਜਾਜ਼ਤ ਹੈ ਹੁਣੇ ਇਜਾਜ਼ਤ ਪਿਆ ਦੇਣਾ ਮਗਰ ਵੇਖ ਤਾਂ ਸਹੀ ਆਖਿਰ ਏਡਾ ਵੱਡਾ ਜੋ ਕਾਫਲਾ ਤੁਰਨਾ ਹੈ ਹਫ਼ਤਾ ਲੱਗ ਸਕਦਾ ਹੈ ਦੋ ਹਫ਼ਤੇ ਲੱਗ ਸਕਦੇ ਨੇ ਮਹੀਨਾ ਲੱਗ ਸਕਦਾ ਮਗਰ ਮੇਰੀ ਅੱਜ ਇਜਾਜ਼ਤ ਹੈ ਆਲੀਆ ਜਦਾਂ ਤੇਰਾ ਫੇਰਾ ਤੁਰਨ ਲੱਗੇ ਬੇਸ਼ੱਕ ਨਾ ਲੱਗੀ ਜਾਵੇ ਉਹ ਬੰਦਾ ਕਿਉਂ ਆਇਆ ਜਿਹੜਾ ਹੈ ਨਹੀਂ ਕਰਦਾ ਉਹ ਜਦਾਂ ਦਾ ਨਾਮ ਆਇਆ ਕਦਮਾਂ ਤੇ ਠਾਏ ਪਈਏ ਆਦੀਏ ਚਾਚੇ ਜਾਇਆ ਜਦਾਂ ਦੀ ਗੱਲ ਹੀ ਨਹੀਂ ਸਾਮਾਨ ਬਣੀ ਦੇ ਵੇਖਾਈਆ ਉਹ ਅੱਜ ਵੇਹੜੇ ਆਪਣੀ ਮਾਂ ਦੇ ਉਹ ਪੈਵਾਰੋਂ ਵਾਰੀ ਬੰਦ ਥੀ ਦਿਨ ਮੇਰੇ ਪੇਕੀਆਂ ਦੇ ਬੀਬੀਆਂ ਦੀ ਆਵੇ ਖਕਬਰ ਦੀ ਮਾਂ ਬੁਰਕਾ ਪਾਈ ਗੜੀ।